ਸਾਡਾ ਟੀਵੀ ਯੂਐਸਏ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਵੱਡੀ ਅਪਡੇਟ ਇਸ ਵੇਲੇ ਦੀ ਲੈ ਕੇ ਹਾਜ਼ਰ ਹੋਏ ਹਾਂ ਕੈਨੇਡਾ ਜਾ ਰਹੇ ਕੁਝ ਮੁੰਡਿਆਂ ਨਾਲ ਵੱਡਾ ਕਾਂਡ ਵਾਪਰਿਆ ਹੈ ਮੇਰੀ ਜਾਣਕਾਰੀ ਅਨੁਸਾਰ ਇਹ ਮਾਮਲਾ ਸਮਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 60 ਲੱਖ ਰੁਪਏ ਦੀ ਠੱਗੀ ਮਾਰੀ ਗਈ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਪੀੜਤਾ ਵੱਲੋਂ ਜਿੱਥੇ ਇਸ ਮਾਮਲੇ ਦੇ ਦੋਸ਼ੀਆ ਸੁਖਵਿੰਦਰ ਸਿੰਘ ਵਾਸੀ ਰਾਜਪੁਰਾ ਪਾਲੀ ਸਿੱਧੂ ਵਾਸੀ ਹੈਬੋਵਾਲ ਲੁਧਿਆਣਾ ਭੁਪਿੰਦਰ ਸਿੰਘ ਮਾਨਸਾ ਰومی ਤਰਨਤਾਰਨ ਸੰਦੀਪ ਸਿੰਘ ਰਾਜਪੁਰਾ ਮਨਦੀਪ ਕਰੋ ਅਤੇ ਇੱਕ ਅਣਪਛਾਤੇ ਵਿਅਕਤੀ ਕਲਾਬ ਮਾਮਲਾ ਦਰਜ ਕਰਵਾਇਆ ਗਿਆ ਜਿੱਥੇ ਇਹਨਾਂ ਅਣਪਛਾਤੇ ਵਿਅਕਤੀ ਸਮੇਤ 7 ਲੋਕਾਂ ਦੇ ਮਨੁੱਖੀ ਤਸਕਰੀ ਅਤੇ ਧੋਖਾ ਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਉਥੇ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਮਾਮਲੇ ਬਾਰੇ ਜਾਣਕਾਰੀ ਜਿੰਦੇ ਹੋਏ ਪੀੜਤ ਨੌਜਵਾਨ ਉਦਮਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਟੈਂਠਲ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਵਰਕ ਪਰਮਿਟ ਤੇ ਭੇਜਣ ਵਾਸਤੇ 3-3 ਲੱਖ ਰੁਪਏ ਲਏ ਗਏ ਸਨ ਅਤੇ ਉਹਨਾਂ ਨੂੰ 19 ਜਨਵਰੀ ਨੂੰ ਦੋਸ਼ੀ ਸੁਖਵਿੰਦਰ ਸਿੰਘ, ਰੋਮੀ ਕੁਲਦੀਪ ਸਿੰਘ ਅਤੇ ਕਾਰਨ ਪਛਾਤੀ ਲੜਕੀ ਆਪਣੇ ਨਾਲ ਲੈ ਗਏ ਸਨ ਜਿਨ੍ਹਾਂ ਨੇ 19 ਜਨਵਰੀ ਦੀ ਰਾਤ 9 ਵਜੇ ਹੋਟਲ ਤੋਂ 에ਅਰਪੋਰਟ ਜਾਣ ਲਈ ਉਹਨਾਂ ਨੂੰ ਆਪਣੇ ਨਾਲ ਲੈ ਲਿਆ ਉਸ ਸਮੇਂ ਉਹਨਾਂ ਦੇ ਨਾਲ ਇੱਕ ਹੋਰ ਮੁੰਡਾ ਤੇ ਚ ਉਹਨਾਂ ਨੂੰ ਮਜੂਸਨ ਜੇ ਨਾਖਿਆ ਕੇ ਏਅਰਪੋਰਟ ਤੇ ਜਾ ਕੇ ਉਹਨਾਂ ਨੂੰ ਟਿਕਟਾਂ ਤੇ ਪਾਸਪੋਰਟ ਦਿੱਤੇ ਜਾਣਗੇ ਉਸ ਸਮੇਂ ਰਸਤੇ ਉਹ ਵਿੱਚ ਉਹਨਾਂ ਉੱਪਰ ਇੱਕ ਸਪਰੇਅ ਕਰਕੇ ਬੇਹੋਸ਼ ਕਰ ਦਿੱਤਾ ਗਿਆ ਤੇ ਹੋਸ਼ ਹੋਣ ਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਪਰਿਵਾਰਕ ਮੈਂਬਰਾਂ ਨੂੰ ਇਹ ਖਵਾਇਆ ਗਿਆ ਕਿ ਉਹ ਕੈਨੇਡਾ ਪਹੁੰਚ ਗਏ ਹਨ ਤੇ ਉਹਨਾਂ ਨੂੰ 27-22 ਲੱਖ ਰੁਪਏ ਦੇ ਦਿੱਤੇ ਜਾਣ ਪੈਸੇ ਲੈਣ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਹੋਸ਼ ਆਇਆ ਤਾਂ ਇੱਕ ਵਿਅਕਤੀ ਦੇ ਘਰ ਸਨ ਜਿਸ ਵੱਲੋਂ ਦੱਸਿਆ ਗਿਆ ਕਿ ਉਹ ਰੇਲ ਦੀ ਪਟੜੀ ਉੱਤੇ ਪਏ ਸਨ ਜਿਸ ਤੋਂ ਬਾਅਦ ਆਪਣੇ ਘਰ ਪਹੁੰਚੇ ਹਨ ਤਾਂ ਦੋਸਤੋ ਬੜੀ ਹੀ ਵੱਡੀ ਅਪਡੇਟ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ